ਸੱਚੀ ਗੱਲ ਆ, ਸੰਗਤਾਂ 'ਚ ਰੋਸ਼ ਹੈਗਾ। ਅਸੀਂ ਦੇਖ ਰਹੇ ਹਾਂ ਕਿ ਪਿੱਛੇ ਜਿਹੜੀਆਂ ਸੰਗਤਾਂ ਉਹ ਰੋ ਵੀ ਰਹੀਆਂ ਸੀ ਕਿ 6 ਮਹੀਨੇ ਜੇ ਅਸੀਂ ਇੰਨਾ ਟਾਈਮ ਖਰਾਬ ਕਰਨਾ ਸੀ ਤਾਂ ਫਿਰ ਕੀ ਫਾਇਦਾ ਸੀ 1 ਜੂਨ ਨੂੰ ਹੀ ਆਪਾਂ ਖਤਮ ਕਰਦੇ। ਮੇਰਾ ਖੁਦ ਦਾ ਮੰਨਣਾ ਹੈ ਕਿ ਜਿਹੜਾ ਮੋਰਚਾ ਇਹ ਸਮਾਪਤ ਨਹੀਂ ਕਰਨਾ ਚਾਹੀਦਾ। ਹਾਂਜੀ, ਬਰਗਾੜੀ ਮੋਰਚਾ ਜਿਹੜਾ ਬਰਗਾੜੀ ਦੇ ਵਿੱਚ ਲੱਗਾ ਹੋਇਆ ਸੀ 1 ਜੂਨ 2018 ਤੋਂ, 3 ਮੰਗਾਂ ਸੀ ਜਿਹੜੀਆਂ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਬਹਿਬਲ ਕਲਾਂ ਦੇ ਜਿਹੜੇ ਗੋਲੀਕਾਂਡ ਦੇ ਦੋਸ਼ੀ ਨੇ ਉਹਨਾਂ ਨੂੰ ਅਤੇ ਜਿਹੜਾ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਬਾਦਲ ਪਰਿਵਾਰ ਸੀ ਉਸ ਸਮੇਂ ਦੀ ਸਰਕਾਰ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਪਰ ਅਜੇ ਤੱਕ ਉਹ ਮੰਗ ਪੂਰੀ ਨਹੀਂ ਹੋਈ, ਮੋਰਚਾ ਖਤਮ ਕਰ ਦਿੱਤਾ ਗਿਆ, ਅਗਲਾ ਪੜਾਅ ਚੱਲੇਗਾ। ਉਹਦੇ ਬਾਰੇ ਜਿਹੜਾ ਨੌਜਵਾਨ ਆਗੂ ਲੱਖਾ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ। ਲੱਖਾ ਵੀਰ ਜੀ, ਜਿੱਦਣ ਮੋਰਚਾ ਲੱਗਿਆ ਉੱਧਰ ਵੀ ਤੁਸੀਂ ਸਟੇਜ 'ਤੇ ਸੀ, 6 ਮਹੀਨੇ ਕੋਈ ਛੋਟੇ ਨਹੀਂ ਹੁੰਦੇ, ਸਭ ਤੋਂ ਲੰਮਾ ਮੋਰਚਾ ਚੱਲਿਆ, ਪਰ ਅੱਜ ਸੰਗਤਾਂ ਦਾ ਜਿਹੜਾ ਇਲਜ਼ਾਮ ਕਹਿ ਦਈਏ ਇਹ ਆ ਵੀ ਕੋਈ ਪ੍ਰਾਪਤੀ ਨਹੀਂ ਹੋਈ ਅਤੇ ਮੋਰਚਾ ਖਤਮ ਕੀਤਾ, ਤੁਸੀਂ ਕੀ ਕਹੋਗੇ? ਬਿਲਕੁਲ ਸਹੀ ਗੱਲ ਆ, ਸੰਗਤਾਂ 'ਚ ਰੋਸ਼ ਹੈਗਾ। ਅਸੀਂ ਦੇਖ ਰਹੇ ਹਾਂ ਕਿ ਪਿੱਛੇ ਜਿਹੜੀਆਂ ਸੰਗਤਾਂ ਉਹ ਰੋ ਵੀ ਰਹੀਆਂ ਸੀ ਕਿ 6 ਮਹੀਨੇ ਜੇ ਅਸੀਂ ਇੰਨਾ ਟਾਈਮ ਖਰਾਬ ਕਰਨਾ ਸੀ ਤਾਂ ਫਿਰ ਕੀ ਫਾਇਦਾ ਸੀ 1 ਜੂਨ ਨੂੰ ਹੀ ਆਪਾਂ ਖਤਮ ਕਰਦੇ। ਸਰਕਾਰ ਨੇ ਖੂਹ ਝੱਟ ਸਿੱਟਤੀ, ਕੋਈ ਸਪਸ਼ਟ ਉਹ ਗੱਲਾਂ ਨਹੀਂ ਕਰਕੇ ਗਏ। ਸੋ ਇਸ ਲਈ ਮੈਨੂੰ ਮੇਰਾ ਖੁਦ ਦਾ ਮੰਨਣਾ ਹੈ ਕਿ ਜਿਹੜਾ ਮੋਰਚਾ ਇਹ ਸਮਾਪਤ ਨਹੀਂ ਕਰਨਾ ਚਾਹੀਦਾ। ਪਰ ਕਿਉਂਕਿ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੋ ਸਕਦੇ ਨੇ? ਭਾਈ ਮਨ ਸਾਹਿਬ ਅਤੇ ਭਾਈ ਦਾਦੂ ਵਾਲ ਅਤੇ ਸੰਗਤ ਨੇ ਬੜਾ ਵਿਸ਼ਵਾਸ ਕੀਤਾ ਸੀ, ਲੱਖਾਂ ਦੀ ਗਿਣਤੀ ਵਿੱਚ ਆਪ ਬਾਰੇ ਲੋਕ ਪਹੁੰਚੇ, ਫਤਵਾ ਦਿੱਤਾ ਦੂਜੀਆਂ ਪਾਰਟੀਆਂ ਨੂੰ, ਪਰ ਫਿਰ ਵੀ ਇਹ ਸੰਗਤਾਂ ਦੀ ਰਾਏ ਤੋਂ ਬਿਨਾਂ ਜਾਂ ਕੀ ਸਮਝੌਤਾ ਜਾਂ ਕੀ ਕਹਿ ਸਕਦੇ? ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਮੋਰਚੇ ਦੀ ਕੋਈ ਪ੍ਰਾਪਤੀ ਨਹੀਂ, ਪ੍ਰਾਪਤੀਆਂ ਹੈਗੀਆਂ ਨੇ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਹੋਰ ਵੀ ਬਹੁਤ ਜ਼ਿਆਦਾ ਪ੍ਰਾਪਤੀਆਂ ਹੋ ਸਕਦੀਆਂ ਸੀਗੀਆਂ ਜੇ ਮੋਰਚਾ ਹਾਲੇ ਨਾ ਸਮਾਪਤ ਕੀਤਾ ਜਾਂਦਾ। ਮੋਰਚਾ ਜਿੰਨਾ ਲੰਬਾ ਚੱਲਦਾ ਉਸ ਨਾਲ ਕੌਮ ਦਾ ਮਨੋਬਲ ਆ ਉਹ ਵੀ ਬਣਿਆ ਹੋਇਆ ਸੀ, ਕੌਮ ਦਿਨੋਂ ਦਿਨ ਜੁੜ ਰਹੀ ਸੀ, ਇੱਕ ਝੰਡੇ ਹੇਠ ਇਕੱਠੀ ਹੋ ਰਹੀ ਸੀ। ਬਹੁਤ ਵਧੀਆ ਗੱਲ ਸੀਗੀ ਕਿ ਜੇਕਰ ਇਹ ਮੋਰਚਾ ਲੰਬਾ ਚੱਲਦਾ ਤਾਂ ਸਾਡੀਆਂ ਹੋਰ ਪ੍ਰਾਪਤੀਆਂ ਹੋਣੀਆਂ ਸੀ।